ਅੱਜ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਹਾੜਾ ਦੁਨੀਆ ਦੇ ਕੋਨੇ ਕੋਨੇ ਵਿੱਚ ਵੱਖੋ ਵੱਖ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸੇ ਘੜੀ ਦੇ ਤਹਿਤ ਅੱਜ ਨੂਰਪੁਰ ਵੇਦੀ ਵਿਖੇ ਯੁਵਾ ਮੋਰਚਾ ਭਾਜਪਾ ਦੀ ਟੀਮ ਦੇ ਵੱਲੋਂ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਹੈ। ਆਓ ਤੁਹਾਡੇ ਨਾਲ ਖੂਨਦਾਨ ਕੈਂਪ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹਾਂ। ਔਰ ਵੱਡੀ ਤਾਦਾਦ ਦੇ ਵਿੱਚ ਅੱਜ ਇੱਥੇ ਡੋਨਰਸ ਆਪਣਾ ਖੂਨ ਦੇਣ ਦੇ ਲਈ, ਬਲੱਡ ਡੋਨੇਟ ਕਰਨ ਦੇ ਲਈ ਪਹੁੰਚੇ ਨੇ। ਇਸ ਕੈਂਪ ਦਾ ਉਦਘਾਟਨ ਕਰਨ ਦੇ ਲਈ ਅੱਜ ਇਸ ਕੈਂਪ ਦੇ ਵਿੱਚ ਧੰਨ ਧੰਨ ਪੀਰ ਬਾਬਾ ਜਿੰਦਾ ਸ਼ਹੀਦ ਦਰਬਾਰ ਅਤੇ ਜ਼ਿਲ੍ਹਾ ਪ੍ਰਧਾਨ ਅਜੇ ਵੀਰ ਸਿੰਘ ਲਾਲਪੁਰਾ ਉਹਨਾਂ ਨੇ ਸ਼ਿਰਕਤ ਕੀਤੀ ਹੈ। ਸੋ ਆਓ ਕੈਂਪ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਅਤੇ ਕਰਦੇ ਹਾਂ ਗੱਲਬਾਤ ਜ਼ਿਲ੍ਹਾ ਪ੍ਰਧਾਨ ਸਰਦਾਰ ਅਜੇ ਵੀਰ ਸਿੰਘ ਲਾਲਪੁਰ ਉਹਨਾਂ ਦੇ ਨਾਲ। ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਆ ਅਤੇ ਇਸ ਮੌਕੇ 'ਤੇ ਪਾਰਟੀ ਵੱਲੋਂ ਇੱਕ ਪ੍ਰੋਗਰਾਮ ਵੀ ਸੀ, ਸੇਵਾ ਪਖਵਾੜਾ ਦੇ ਨਾਮ 'ਤੇ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਇਹ ਸੇਵਾ ਪਖਵਾੜਾ ਮਨਾਇਆ ਜਾਣਾ ਅਤੇ ਉਸਦੇ ਅੰਤਰਗਤ ਇਹ ਜਿਹੜਾ ਬਲੱਡ ਕੈਂਪ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੀ ਯੂਥ ਭਾਜਪਾ ਦੀ ਜਥੇਬੰਦੀ ਵੱਲੋਂ ਲਗਾਇਆ ਜਾ ਰਿਹਾ ਅਤੇ ਬਹੁਤ ਚੰਗਾ ਰਿਸਪੋਂਸ ਲੋਕਾਂ ਵੱਲੋਂ ਸਾਨੂੰ ਮਿਲ ਰਿਹਾ ਜੀ। ਜਿਹੜੇ ਇਸ ਤੱਕ ਹੁਣ ਤੱਕ ਹੋ ਚੁੱਕੇ 70 ਤੋਂ ਵੱਧ ਨੌਜਵਾਨਾਂ ਨੇ ਹੁਣ ਤੱਕ ਖੂਨਦਾਨ ਕਰਤਾ ਅਤੇ ਹਲੇ ਖੂਨਦਾਨ ਕੈਂਪ ਚੱਲ ਰਿਹਾ। ਸਾਨੂੰ ਉਮੀਦ ਆ ਵੀ 100 ਤੋਂ ਉੱਪਰ ਆਪਣੇ ਨੌਜਵਾਨ ਖੂਨਦਾਨ ਕਰਕੇ ਜਾਣਗੇ। ਉਹਨਾਂ ਦੇ ਸਾਡਾ ਇਸ ਕੈਂਪ ਦੇ ਰਾਹੀਂ ਇੱਕੋ ਮੈਸੇਜ ਹੈ ਵੀ ਜੋ ਸਮਾਜ ਦੇ ਲਈ ਇੱਕ ਵਧੀਆ ਸੇਧ ਜਾਵੇ। ਖੂਨਦਾਨ ਇੱਕ ਮਹਾਂਦਾਨ ਆ, ਜੇ ਆਪਾਂ ਰਲ ਕੇ ਆਪਾਂ ਇਸ ਕਾਰਜ ਦੇ ਵਿੱਚ ਹਿੱਸਾ ਪਾਉਂਦੇ ਹਾਂ ਤਾਂ ਇੱਕ ਸੁਸਾਇਟੀ ਲਈ ਵਧੀਆ ਮੈਸੇਜ ਹੈ ਜਿਹੜਾ ਜਾਂਦਾ। ਅੱਜ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ 'ਤੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ, ਤੁਸੀਂ ਪਹੁੰਚੇ ਹੋ, ਕੀ ਕਹਿਣਾ ਚਾਹੋਗੇ? ਮੈਂ ਤਾਂ ਸਿਰਫ ਇਹ ਕਹਿ ਸਕਦਾ ਜੀ ਕਿ ਅਸੀਂ ਸਾਰੇ ਬੜੇ ਨਸੀਬਾਂ ਵਾਲੇ ਹਾਂ ਕਿ ਜਿਹੜੀ ਪੋਲੀਟੀਕਲ ਔਰਗਨਾਈਜੇਸ਼ਨ ਜਿਸ ਸੰਗਠਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹ ਸਿਖਾਇਆ ਜਾਂਦਾ ਹੈ ਕਿ ਸੇਵਾ ਹੀ ਸੰਗਠਨ ਹੈ, ਉਹਨੂੰ ਲੀਡ ਜਿਹੜਾ ਸ਼੍ਰੀ ਨਰਿੰਦਰ ਭਾਈ ਮੋਦੀ ਵਰਗੇ ਸੋਚ ਵਾਲਾ ਪ੍ਰਧਾਨ ਮੰਤਰੀ ਅੱਜ ਲੀਡ ਕਰ ਰਿਹਾ, ਉਹ ਪ੍ਰਧਾਨ ਮੰਤਰੀ ਜਿਹਨੇ ਦਿੱਲੀ ਵਿੱਚ ਬੈਠ ਕੇ ਵੀ ਪਿੰਡਾਂ ਦੇ ਗਰੀਬ ਘਰਾਂ ਬਾਰੇ ਸੋਚਿਆ, ਉਹ ਪ੍ਰਧਾਨ ਮੰਤਰੀ ਜਿਹਨੇ ਬਿਨਾਂ ਕਿਸੇ ਭੇਦਭਾਵ, ਬਿਨਾਂ ਕਿਸੇ ਜਿਹਨੂੰ ਕਹਿ ਦਿੰਦੇ ਆ ਜੀ ਜਾਤ ਪਾਤ ਤੋਂ, ਹਰ ਪਿੰਡ ਨੂੰ ਜਿਹੜਾ ਆਬਾਦੀ ਦੇ ਹਿਸਾਬ ਨਾਲ ਪੈਸੇ ਭੇਜ ਕੇ ਡਿਵੈਲਪਮੈਂਟ ਦੀ ਗੱਲ ਕੀਤੀ ਹੈ। ਐਸੇ ਪ੍ਰਧਾਨ ਮੰਤਰੀ ਦਾ ਜਨਮਦਿਨ ਜਿਹੜਾ ਹੈ
ਉਹ ਬੜੇ ਹਰਸ਼ ਉਲਾਸ ਦੇ ਨਾਲ, ਮੈਂ ਤਾਂ ਇਹੀ ਬੇਨਤੀ ਕਰਾਂਗਾ, ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਹਰ ਦੇਸ਼ ਨਾਗਰਿਕ ਨੂੰ ਮਨਾਉਣਾ ਚਾਹੀਦਾ। ਉਹ ਪ੍ਰਧਾਨ ਮੰਤਰੀ ਜਿਹਨੇ ਸਾਡੇ ਦੇਸ਼ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਰੋਸ਼ਨ ਕੀਤਾ, ਅੱਜ ਸਮਾਂ ਕਿ ਅਸੀਂ ਆਪਣੀਆਂ ਬੈਸਟ ਵਿਸ਼ਿਜ਼ ਉਹਨਾਂ ਨੂੰ ਦੇ ਸਕੀਏ, ਅਰਦਾਸ ਕਰ ਸਕੀਏ ਕਿ ਉਹਨਾਂ ਨੂੰ ਪਰਮਾਤਮਾ ਚੰਗੀ ਸਿਹਤ ਔਰ ਲੰਬੀ ਉਮਰ ਦੀ ਬਖਸ਼ਿਸ਼ ਕਰੇ।